ਸਤਿ ਸ਼੍ਰੀ ਅਕਾਲ ਜੀ ਤੁਸੀਂ ਪ੍ਰਾਈਮ ਮਿਸ਼ਰਟਲ ਵੀਨ ਦੇਖ ਰਹੇ ਹੋ ਦੋਸਤੋ ਮੈਂ ਹਰਵਰਨ ਸਿੰਘ ਟੈਣਾ ਤੇ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਲੈ ਕੇ ਹਾਜ਼ਰ ਹਾਂ ਪਹਿਲੀ ਵੱਡੀ ਖਬਰ ਦੇ ਵਾਲ ਜਾਣ ਤੋਂ ਪਹਿਲਾਂ ਪੰਜਾਬ ਦੇ ਮੌਸਮ ਦੀ ਹਾਲ ਬਿਆਨੀ ਕਰਨੀ ਬਣਦੀ ਹੈ ਲੱਗੇ ਕੱਲ ਵੀ ਪੰਜਾਬ ਦੇ ਵਿੱਚ ਖਾਸੀ ਗਰਮੀ ਸੀ ਸਵੇਰ ਦੇ ਵੇਲੇ ਤੋਂ ਲੈ ਕੇ ਆਥਰਨ ਦੇ ਵੇਲੇ ਤੱਕ ਲਗਾਤਾਰ ਗਰਮੀ ਪੈਂਦੀ ਰਹੀ ਹੈ ਤਪਸ਼ ਬਰਕਰਾਰ ਸੀ ਚਿਪਚਿਪਾ ਜਿਹਾ ਮੌਸਮ ਸੀ ਪੱਤਾ ਨਹੀਂ ਸੀ ਹਿਲਦਾ ਤੇ ਬਿਲਕੁਲ ਮੌਸਮ ਦੇ ਵਿੱਚ ਕੋਈ ਘਟਾਵਾਲੇ ਪਾਸੇ ਗਰਮੀ ਦੇ ਘਟਾਵਾਲੇ ਪਾਸੇ ਨੂੰ ਕੁਝ ਨਹੀਂ ਸੀਗਾ ਉਹਦਾ ਮੌਸਮ ਵਿਭਾਗ ਨੇ ਗੱਲ ਕਹੀ ਹੈ ਕਿ 7 8 ਤੇ 9 ਸਤੰਬਰ ਨੂੰ ਪੰਜਾਬ ਦੇ ਵਿੱਚ ਕਣੀਆਂ ਦੀ ਪੂਰੀ ਪੂਰੀ ਸੰਭਾਵਨਾ ਤੇ ਪੰਜਾਬ ਦੇ ਵਿੱਚ ਮੌਸਮ ਦੇ ਵਿੱਚ ਵੱਡੀ ਤਬਦੀਲੀ ਆ ਜਾਣੀ ਆ ਸੋ ਉਹ ਕਿੰਨੀ ਕੀ ਤਬਦੀਲੀ ਆਉਂਦੀ ਆ ਕੀ ਆਉਂਦੀ ਆ ਕਿ ਨਹੀਂ ਆਉਂਦੀ ਇਹ ਹੁਣ ਸਮਾਂ ਬਿਆਨ ਕਰੂਗਾ ਪਰ ਪਿਛਲੇ ਕਈ ਦਿਨਾਂ ਤੋਂ ਪੰਜਾਬ ਦੇ ਵਿੱਚ ਗਰਮੀ ਨੇ ਵਟ ਕੱਡੇ ਪਏ ਆ ਲੱਗਦਾ ਇਓਂ ਵੀ ਜਿਵੇਂ ਮਈ ਜੂਨ ਦਾ ਮਹੀਨਾ ਮੁੜ ਕੇ ਆ ਗਿਆ ਹੁੰਦਾ ਜਿਹੜੀ ਪਹਿਲੀ ਵੱਡੀ ਖਬਰ ਹੈ ਉਹ ਹੈਗੀ ਆ ਭਾਰਤ ਯਾਨੀ ਕਿ ਇੰਡੀਆ ਦੇ ਨਾਂ ਦੇ ਨਾਲ ਸੰਬੰਧਤ ਭਾਰਤ ਦੇ ਉੱਤੇ ਸਾਨੂੰ ਮਾਣ ਸੀ ਹੈ ਤੇ ਰਹੂਗਾ ਕਿਉਂਕਿ ਅਸੀਂ ਇੱਥੇ ਜੰਮੇ ਆ ਅਸੀਂ ਇੱਥੇ ਹੀ ਮਰ ਜਾਣਾ ਅਸੀਂ ਇੱਥੇ ਹੀ ਕੰਮ ਕਰਦੇ ਆ ਸਾਨੂੰ ਆਪਣੇ ਭਾਰਤ ਦੇ ਨਾਲ ਮਾਣ ਹੈ ਪਿਆਰ ਹੈ ਮੁਹੱਬਤ ਹੈ ਭਾਰਤ ਇੰਡੀਆ ਦੇ ਨਾਲ ਪਿਆਰ ਹੈ ਕਿਉਂਕਿ ਜਦੋਂ ਅਸੀਂ ਪਾਸਪੋਰਟ ਤੇ ਦੇਖਦੇ ਆ ਉਰੇ ਤੇ ਵੀ ਇੰਡੀਆ ਲਿਖਿਆ ਹੋਇਆ ਜਦੋਂ ਅਸੀਂ ਦੇਖਦੇ ਕੋਈ ਹੋਰ ਚੀਜ਼ ਕੋਈ ਹੋਰ ਦਸਤਾਵੇਜ਼ ਉਦੇ ਉੱਤੇ ਵੀ ਇੰਡੀਆ ਲਿਖਿਆ ਹੋਇਆ ਸਾਡੇ ਸੰਵਿਧਾਨ ਦੇ ਵਿੱਚ ਵੀ ਇੰਡੀਆ ਲਿਖਿਆ ਹੋਇਆ ਸਾਡੇ ਨੋਟਾਂ ਦੇ ਉੱਤੇ ਵੀ ਰਿਜ਼ਰਵ ਬੈਂਕ ਆਫ ਇੰਡੀਆ ਲਿਖਿਆ ਹੋਇਆ ਹੋਰ ਵਕ ਵਕ ਥਾਵਾਂ ਦੇ ਉੱਤੇ ਇੰਡੀਆ ਲਿਖਿਆ ਹੋਇਆ ਪਰ ਅੱਜ ਕੱਲ ਇੰਡੀਆ ਨੂੰ ਵੀ ਬਦਲਦਿਆਂ ਤਿਆਰ ਗਿਆ ਕੱਲ ਤੱਕ ਅਸੀਂ ਇਹ ਵੇਨੇ ਸੀ ਕਿ ਫਲਾਣੀ ਸੜਕ ਦਾ ਨਾਮ ਬਦਲਤਾ ਅਖੇ ਜੀ ਇਹ ਮੁਗਲਾਂ ਦੀ ਯਾਦ ਦਿਵਾਉਂਦੀ ਹੈ ਅਸੀਂ ਜੀ ਫਲਾਣੀ 에어ਪੋਰਟ ਦਾ ਨਾਮ ਬਦਲਤਾ ਇਹ ਜੀ ਬਦਲਣਾ ਚਾਹੀਦਾ ਹੋ ਕਿ ਸਾਨੂੰ ਆਪਣੇ ਦੇਸ਼ ਦੇ ਨਾਇਕਾਂ ਦੇ ਨਾਂ ਤੇ ਨ ਰੱਖਣੇ ਚਾਹੀਦੇ ਆ ਫਲਾਣੇ ਜਿਹੜੇ ਰੇਲਵੇ ਸਟੇਸ਼ਨ ਦਾ ਨਾਮ ਬਦਲਦਾ ਫਲਾਣੀ ਇਮਾਰਤ ਦਾ ਜਾਂ ਫਲਾਣੇ ਸ਼ਹਿਰ ਦਾ ਨਾਮ ਬਦਲਦਾ ਹੁਣ ਭਾਈ ਇੰਡੀਆ ਦਾ ਨਾਮ ਹੀ ਬਦਲ ਦਿੱਤਾ ਗਿਆ ਇੰਡੀਆ ਯਾਨੀ ਕਿ ਭਾਰਤ ਇੰਡੀਆ ਸ਼ਬਦ ਤੋਂ ਕਹਿੰਦੇ ਵੀ ਹੁਣ ਨਾ ਕੋਫਤਗੀ ਹੁੰਦੀ ਆ ਇੰਡੀਆ ਸਾਨੂੰ ਕਹਿੰਦੇ ਚੰਗਾ ਨਹੀਂ ਲੱਗਦਾ ਇੰਡੀਆ ਨਾਮ ਹੀ ਰੱਖਣਾਗਾ ਭਾਰਤ ਭਾਰਤ ਹੀ ਆ ਹੈ ਤਾਂ ਇੰਡੀਆ ਇੰਡੀਆ ਯਾ ਭਾਰਤ ਭਾਰਤੀ ਆ ਸਾਡਾ ਵਤਨ ਵਤਨੀ ਆ ਵਤਨ ਨੂੰ ਸਦਕੇ ਜਾਇਗੇ ਪਰ ਗੱਲ ਇਹ ਵੀ ਉਹ ਕਹਿੰਦੇ ਨਾ ਹੁਣ ਆਪਾਂ ਇੰਡੀਆ ਨਹੀਂ ਹੁਣ ਭਾਰਤ ਦੀ ਗੱਲ ਕਰਿਆ ਕਰਨੀ ਆ ਪਰ ਹੁਣ ਇਸ ਕਰਕੇ ਵਿਵਾਦ ਪੈਦਾ ਹੋਇਆ ਕਿਉਂਕਿ ਇੰਡੀਆ ਸ਼ਬਦ ਦੀ ਥਾਂ ਦੇ ਉੱਤੇ ਪ੍ਰੈਜ਼ੀਡੈਂਟ ਆਫ ਭਾਰਤ ਲਿਖ ਕੇ ਭੇਜਿਆ ਗਿਆ ਦਰੁਪਤੀ ਮਰਮੂਜੀ ਨੂੰ ਜੀ 20 ਸਮੇਲਨ ਹੋਣ ਜਾ ਰਿਹਾ ਇਹਦੇ ਵਿੱਚ ਰਾਤ ਦੇ ਖਾਣੇ ਵਾਸਤੇ ਦਰੁਪਤੀ ਮਰਮੂਜੀ ਨੂੰ ਵੀ ਬੁਲਾਇਆ ਗਿਆ ਉਹਨਾਂ ਨੂੰ ਭੇਜਿਆ ਗਿਆ ਸੱਦਾ ਪੱਤਰ ਦੇ ਉੱਤੇ ਲਿਖਿਆ ਹੋਇਆ ਪ੍ਰੈਜ਼ੀਡੈਂਟ ਆਫ ਭਾਰਤ ਤੇ ਵੱਖ-ਵੱਖ ਸਿਆਸੀ ਪਾਰਟੀਆਂ ਨੇ ਇਸ ਗੱਲ ਦਾ ਮੁੱਦਾ ਚੱਕ ਲਿਆ ਵੀ ਹੁਣ ਇੰਡੀਆ ਵੀ ਬਦਲਣ ਲੱਗੇ ਹੋ। ਹੁਣ ਇੰਡੀਆ ਤੋਂ ਵੀ ਨਫ਼ਰਤ ਹੋ ਗਈ ਆ। ਇੰਡੀਆ ਗੱਠਜੋੜ ਅਸੀਂ ਕੀਤਾ ਇਹਦੇ ਕਰਕੇ ਤਾਂ ਨਹੀਂ ਤੁਹਾਨੂੰ ਕੋਈ ਨਾ ਕੋਈ ਚੁਬਣ ਹੋਣ ਲੱਗ ਪਈ। ਕਿਤੇ ਇਹ ਨਾ ਹੋਵੇ ਵੀ ਸਾਨੂੰ ਵੀ ਮਜਬੂਰੀ ਦੇ ਵਿੱਚ ਆਪਣੇ ਗੱਠਜੋੜ ਦਾ ਨਾ ਭਾਰਤ ਕਰਨਾ ਪਵੇ। ਸੋ ਹੈਰਾਨੀ ਇਸ ਗੱਲ ਦੀ ਆ ਵੀ ਕਿੰਨੇ ਲੰਮੇ ਸਮੇਂ ਤੋਂ ਇੰਡੀਆ ਸ਼ਬਦ ਚੱਲਦਾ ਤੇ ਹੁਣ ਇਹ ਭਾਰਤ ਕਰਨ ਲੱਗੇ ਆ। ਆਮ ਆਦਮੀ ਪਾਰਟੀ ਨੇ ਤੇ ਵੀ ਗੱਲ ਕਹੀ ਆ। ਵੀ ਭਾਈ ਨੋਟਬੰਦੀ ਦੂਰੀ ਵਾਰ ਹੋਈ ਆ ਪਹਿਲਾਂ ਇਹਨਾਂ ਨੇ 5-500 ਵਾਲੇ ਤੇ 1000-1000 ਵਾਲੇ ਨੋਟ ਬੰਦ ਕੀਤੇ ਸੀ ਹੁਣ ਫਿਰ ਇਹਨਾਂ ਨੇ 2-2000 ਵਾਲੇ ਕਹਿੰਦੇ ਸਾਰੇ ਜਮ੍ਹਾਂ ਕਰਵਾ ਦਿਓ ਤੇ ਹੁਣ ਇਹਨਾਂ ਨੇ ਤੀਰੀ ਵਾਰ ਨੋਟਬੰਦੀ ਫੇਰ ਕਰਨੀ ਆ ਉਹ ਕਿਉਂ ਮੈਂ ਵੀ ਤਰਵ ਕੇ ਦੇਖਿਆ ਮੈਂ ਕਹਾ ਯਾਰ ਦੇਸ਼ ਦੇ ਲੋਕਾਂ ਨੂੰ ਫੇਰ ਕਿਤਾਰਾਂ ਚ ਰਗਣਾ ਪੈਣਾ ਤੇ ਆਮ ਆਦਮੀ ਪਾਰਟੀ ਦੇ ਸੰਜੇ ਸਿੰਘ ਨੇ ਗੱਲ ਕਹੀ ਆ ਉਹ ਕਹਿੰਦੇ ਨੋਟਾਂ ਦੇ ਉੱਤੇ ਵੀ ਲਿਖਿਆ ਹੋਇਆ ਰਿਜ਼ਰਵ ਬੈਂਕ ਆਫ ਇੰਡੀਆ ਤੇ ਇਹਨਾਂ ਨੇ ਜਦੋਂ ਇੰਡੀਆ ਨੂੰ ਭਾਰਤ ਕਰਨਾ ਤੇ ਭਾਈ ਨੋਟ ਇੱਕ ਵਾਰ ਫਿਰ ਸਾਰੇ ਜਮ੍ਹਾਂ ਕਰਵਾਉਣਗੇ ਇੱਕ ਤਰ੍ਹਾਂ ਦੇ ਵਿੱਚ ਲਾ ਕੇ ਲੋਕਾਂ ਨੂੰ ਫਿਰ ਨਵੇਂ ਨੋਟ ਆਉਣਗੇ ਉਹਨਾਂ ਦੇ ਉੱਤੇ ਲਿਖਿਆ ਹੋਊਗਾ ਰਿਜ਼ਰਵ ਬੈਂਕ ਆਫ ਭਾਰਤ ਜੇ ਟੈਕਨੀਕਲ ਗੱਲ ਦੇਖੀਏ ਤਾਂ ਫਿਰ ਤਾਂ ਭਾਈ ਇੱਥੇ ਜਿੱਥੇ-ਜਿੱਥੇ ਇੰਡੀਆ ਲਿਖਿਆ ਆਪਾਂ ਸਾਰੀਆਂ ਥਾਵਾਂ ਤੇ ਭਾਰਤ ਕਰਨੀਆਂ ਆ ਤੇ ਫਿਰ ਸ਼ਾਇਦ ਨੋਟਾਂ ਦੀ ਵਾਰੀ ਵੀ ਆ ਜਿਵੇਂ ਕਿ ਅੰਦਾਜ਼ਾ ਪੇਸ਼ ਕੀਤਾ ਗਿਆ ਪਰ ਕੀ ਸੱਚੀ-ਮੁੱਚੀ ਇਦਾਂ ਇੰਡੀਆ ਦਾ ਨਾਮ ਭਾਰਤ ਕਰਨ ਦੇ ਨਾਲ ਕੋਈ ਫਰਕ ਪੈਂਦਾ ਜਾਂ ਕੋਈ ਫਾਇਦਾ ਹੁੰਦਾ ਜਿਹਦੇ ਦਿਲ ਦੇ ਵਿੱਚ ਸਤਕਾਰ ਵਸਿਆ ਭਾਰਤ ਦੇ ਲਈ ਉਹ ਭਾਵੇਂ ਇੰਡੀਆ ਕਹੀ ਜਾਵੇ ਤੇ ਭਾਵੇਂ ਭਾਰਤ ਕਹੀ ਜਾਵੇ ਸਤਕਾਰ ਤਾਂ ਸਤਕਾਰ ਹੀ ਆ ਅਸੀਂ ਕਿੰਨੀਆਂ ਥਾਵਾਂ ਦੇ ਨਾਂ ਬਦਲਤੇ ਆ ਉਹਦੇ ਨਾਲ ਫਰਕ ਕੀ ਪੈਂਦਾ ਮੈਨੂੰ ਚੰਗੀ ਤਰ੍ਹਾਂ ਯਾਦ ਆ ਫਰੀਦਕੋਟ ਦੇ ਵਿੱਚ ਇੱਕ ਚੌਕ ਦਾ ਨਾਂ ਬਦਲਿਆ ਸੀ ਉਸ ਚੌਕ ਦਾ ਨਾਂ ਅੱਜ ਤੱਕ ਅਸੀਂ ਪੁਰਾਣੇ ਚੌਕ ਦੇ ਨਾਂ ਤੇ ਜਾਣਦੇ ਸਾਨੂੰ ਨਹੀਂ ਪਤਾ ਵੀ ਭਾਈ ਨਵੇਂ ਚੌਕ ਨੂੰ ਕੋਈ 5% ਲੋਕ ਚੇਤੇ ਕਰਦੇ ਇੱਕ 10 ਨਾਂ ਨੂੰ ਚੇਤੇ ਕਰਦੇ ਉਸ ਨੂੰ ਪਰ ਜਿਹੜੀ ਵੀ ਚੀਜ਼ ਬਣ ਜੇ ਜਿਹਦੇ ਬਾਰੇ ਅਸੀਂ ਦਹਾਕਿਆਂ ਤੱਕ ਜੰਮਣ ਤੋਂ ਲੈ ਕੇ ਤੇ ਆਖਰੀ ਸਾਹ ਤੱਕ ਜੋ ਜੋ ਸੁਣਦੇ ਆਏ ਹੋਏਗੇ ਉਹ ਛੇਤੀ ਕਿਤੇ ਲੋਕਾਂ ਨੇ ਮਨ ਵਿੱਚ ਉਵੇਂ ਵਿਸਰਲੀ ਨਹੀਂ ਸਾਡੇ ਲਈ ਇੰਡੀਆ ਹੋਵੇ ਭਾਰਤ ਹੋਵੇ ਇੱਕੋ ਗੱਲ ਆ ਸਨਮਾਨਯੋਗ ਆ ਪਰ ਇੰਡੀਆ ਘਟ ਚੋੜ ਵੀ ਆ ਗਿਆ ਨਾ ਸ਼ਾਇਦ 2024 ਦੀਆਂ ਚੋਣਾਂ ਕਰਕੇ ਇੱਧਰ ਵੀ ਕੋਈ ਸਮੱਸਿਆ ਹੈ ਪਹਿਲਾਂ ਇਸ ਰਿਪੋਰਟ ਦਾ ਵਿਰਵਾਹ ਸਾਂਝਾ ਕਰਦੇ ਆ ਤੇ ਫਿਰ ਕਰਾਂਗੇ ਟਿੱਪਣੀ ਜੀ 20 ਵਾਸਤੇ ਰਾਤ ਦੇ ਖਾਣੇ ਦੇ ਸੱਦੇ ਦੇ ਉੱਤੇ ਪ੍ਰੈਜ਼ੀਡੈਂਟ ਆ ਭਾਰਤ ਲਿਖੇ ਜਾਣ ਤੋਂ ਬਾਅਦ ਵਿਵਾਦ ਖੜਾ ਹੋ ਗਿਆ ਆਮ ਆਰਮੀ ਪਾਰਟੀ ਦੇ ਮੈਂਬਰ ਸੰਜੇ ਸਿੰਘ ਨੇ ਇਸ ਮਾਮਲੇ ਦੇ ਉੱਤੇ ਬੀਜੇਪੀ ਤੇ ਤਿੱਖੇ ਨਿਸ਼ਾਨੇ ਵੰਨੇ ਆ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਇੰਜ ਲੱਗਦਾ ਮੋਦੀ ਸਰਕਾਰ ਤੀਜੀ ਵਾਰ ਫਿਰ ਨੋਟਬੰਦੀ ਕਰੇਗੀ ਕਿਉਂਕਿ ਨੋਟਾਂ ਦੇ ਉੱਤੇ ਰਿਜ਼ਰਵ ਬੈਂਕ ਆਫ ਇੰਡੀਆ ਲਿਖਿਆ ਹੋਇਆ ਇਹਨਾਂ ਨੋਟਾਂ ਤੋਂ ਵੀ ਇੰਡੀਆ ਹਟਾਇਆ ਜਾਵੇਗਾ ਤੇ ਲੋਕਾਂ ਨੂੰ ਕਿਹਾ ਜਾਊਗਾ ਕਿ ਪਹਿਲਾਂ ਪੁਰਾਣੇ ਨੋਟ ਜਮ੍ਹਾਂ ਕਰਵਾਓ ਤੇ ਫਿਰ ਤੁਸੀਂ ਨਵੇਂ ਨੋਟ ਲੈ ਸਕੋਗੇ ਸੰਜੀਤ ਸਿੰਘ ਨੇ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਵਿਵਾਦ ਪੈਦਾ ਕੀਤਾ ਜਾ ਰਿਹਾ ਉਹਨਾਂ ਦੋਸ਼ ਲਾਇਆ ਕਿ ਭਾਜਪਾ ਤੇ ਮੋਦੀ ਸਰਕਾਰ ਸੰਵਿਧਾਨ ਵਿੱਚੋਂ ਇੰਡੀਆ ਸ਼ਬਦ ਨੂੰ ਹਟਾਉਣਾ ਚਾਹੁੰਦੀ ਹੈ ਇਸਦੀ ਸ਼ੁਰੂਆਤ ਆਰਐਸਐਸ ਮੁਖੀ ਮੋਹਨ ਭਗਵਤ ਨੇ ਕੀਤੀ ਸੀ ਉਹਨਾਂ ਕਹਿੰਦੇ ਕਿ ਇੰਡੀਆ ਸ਼ਬਦ ਨੂੰ ਹਟਾ ਲੈਣਾ ਚਾਹੀਦਾ ਉਸ ਤੋਂ ਬਾਅਦ ਮੋਦੀ ਸਰਕਾਰ ਇਹ ਖਬਰਾਂ ਪੇਸ਼ ਕਰ ਰਹੀ ਹੈ ਕਿ ਇੰਡੀਆ ਸ਼ਬਦ ਨੂੰ ਸੰਵਿਧਾਨ ਦੇ ਵਿੱਚੋਂ ਗਾਇਬ ਕਰ ਦਿੱਤਾ ਜਾਵੇ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਨੇ ਕਿਹਾ ਮੈਂ ਕਹਿਣਾ ਚਾਹੁੰਦਾ ਕਿ ਉਹਨਾਂ ਨੂੰ ਬਾਬਾ ਸਾਹਿਬ ਤੋਂ ਇਨੀ ਨਫ਼ਰਤ ਕਿਉਂ ਆ ਆਰਐਸਐਸ ਤੇ ਭਾਜਪਾ ਦੇ ਵਿੱਚ ਨਿਰਾਸ਼ਾ ਹੈ ਕਿ ਉਹਨਾਂ ਨਾਲ ਜੁੜਿਆ ਕੋਈ ਵੀ ਚਿੰਤਕ ਨਹੀਂ ਬਣਿਆ ਉਹ ਕੁਝ ਵੀ ਨਹੀਂ ਲਿਖ ਸਕੇ ਹਨ ਇਸ ਲਈ ਉਹ ਪੁੱਛਦੇ ਰਹਿੰਦੇ ਨੇ ਕਿ ਬਾਬਾ ਸਾਹਿਬ ਦੀ ਲਿਖਤ ਨੂੰ ਕਿਵੇਂ ਹਟਾਇਆ ਜਾਵੇ ਤੇ ਇੱਥੇ ਵੀ ਦਸਰਾ ਬਣਦਾ ਹੈ ਕਿ ਆਉਂਦੇ ਦਿਨਾਂ ਦੇ ਵਿੱਚ ਇੰਡੀਆ ਨੂੰ ਭਾਰਤ ਕਰਨ ਦੇ ਮਸਲੇ ਦੇ ਉੱਤੇ ਰਾਜਨੀਤੀ ਬਹੁਤ ਵੱਡੇ ਪੱਧਰ ਦੇ ਉੱਤੇ ਉੱਠੇਗੀ ਤੇ ਇਹਦੀ ਸ਼ੁਰੂਆਤ ਹੁਣ ਹੋ ਵੀ ਚੁੱਕੀ ਆ। ਇਸ ਖਬਰ ਦੇ ਉੱਤੇ ਟਿੱਪਣੀ ਕਰਨਾ ਹੈ ਦੋਸਤੋ ਪਹਿਲੀ ਗੱਲ ਤਾਂ ਅਸੀਂ ਕਹਾਂਗੇ ਜੇਕਰ ਤੁਹਾਨੂੰ ਇਹ ਲੱਗਦਾ ਕਿ ਭਾਈ ਇੰਡੀਆ ਸ਼ਬਦ ਗਲਤ ਆ ਤੇ ਭਾਰਤ ਹੀ ਹੋਣਾ ਚਾਹੀਦਾ ਤਾਂ ਭਾਜਪਾ ਦੀ ਸਰਕਾਰ ਆ ਜਿਹੜੀ ਕੋਈ ਸਾਲ ਪਹਿਲਾਂ ਜਾਂ 2 ਸਾਲ ਪਹਿਲਾਂ ਨਹੀਂ ਆਈ ਇਹ ਪੌਣੇ 10 ਸਾਲ ਪਹਿਲਾਂ ਆਈ ਆ। 9.5 ਸਾਲ ਤੋਂ ਉੱਤੇ ਦਾ ਸਮਾਂ ਹੋ ਗਿਆ। ਹੁਣ ਤਾਂ ਦੂਜੀ ਵਾਰੀ ਵੀ ਖਤਮ ਹੋਣ ਲੱਗੀ ਆ ਤੀਜੀ ਵਾਰੀ ਦੀ ਤਿਆਰੀ ਕਰ ਰਹੇ ਆ ਤਾਂ ਇਹਨਾਂ ਨੇ ਭਾਈ ਇਸ ਤੋਂ ਪਹਿਲਾਂ ਮੇਕ ਇਨ ਇੰਡੀਆ ਨਾਂ ਦੀ ਮੁਹਿੰਮ ਸ਼ੁਰੂ ਕੀਤੀ ਸੀ ਮਤਲਬ ਬਣਦਾ ਸਭ ਕੁਝ ਭਾਰਤ ਦੇ ਵਿੱਚ ਬਣਾਵਾਂਗੇ ਭਾਰਤ ਦੇ ਵਿੱਚ ਭਾਰਤ ਦੀ ਬਣਾਵਟ ਕੁਛ ਇਸ ਰੂਪ ਦੇ ਵਿੱਚ ਨਾਂ ਰੱਖ ਲੈਂਦੇ ਤੁਸੀਂ ਉਦੋਂ ਕਿਹੜੀ ਗੱਲੋਂ ਮੇਕ ਇਨ ਇੰਡੀਆ ਨਾਂ ਰੱਖ ਲਿਆ ਜਦੋਂ ਤੁਸੀਂ ਸ਼ਾਈਨਿੰਗ ਇੰਡੀਆ ਮੁਹਿੰਮ ਸ਼ੁਰੂ ਕੀਤੀ ਉਦੋਂ ਚਮਕਦਾ ਭਾਰਤ ਮੁਹਿੰਮ ਰੱਖ ਲੈਂਦੇ ਤੁਸੀਂ ਉਦੋਂ ਇੰਡੀਆ ਸ਼ਬਦ ਦੀ ਵਰਤੋਂ ਕਿਉਂ ਕੀਤੀ ਮਤਲਬ ਆਪ ਵੀ ਇੰਡੀਆ ਸ਼ਬਦ ਦੀ ਵਰਤੋਂ ਕੀਤੀ ਹੈ ਪਰ ਹੁਣ ਇੰਡੀਆ ਸ਼ਬਦ ਠੀਕ ਨਹੀਂ ਲੱਗਦਾ ਜੇਕਰ ਇੱਥੇ ਇੰਡੀਆ ਗੱਠਜੋੜ ਆਈ ਐਨ ਡੀ ਆਈ ਏ ਗੱਠਜੋੜ ਜਿਹਦੇ ਵਿੱਚ 26 27 ਪਾਰਟੀਆਂ ਜੁੜੀਆਂ ਹੋਈਆਂ ਮੈਨੂੰ ਤਾਂ ਨਿੱਜੀ ਤੌਰ ਤੇ ਲੱਗਦਾ ਵੀ ਉਹਦੇ ਕਰਕੇ ਵੀ ਸ਼ਾਇਦ ਕੋਈ ਨਾ ਕੋਈ ਗੱਲ ਹੋਵੇ ਕਿਉਂਕਿ ਲਗਾਤਾਰ ਚਰਚਾ ਇਸੇ ਗੱਲ ਦੀ ਚੱਲਦੀ ਸੀ ਕਿ ਇੰਡੀਆ ਤਾਂ ਗਲਤ ਆ ਪਿੱਛੇ ਜਾਏ ਇੱਕ ਰਾਜਨੀਤਕ ਆਗੂ ਨੇ ਗੱਲ ਕਹੀ ਕਹਿੰਦੇ ਵੀ ਇੰਡੀਆ ਗੱਠਜੋੜ ਨੂੰ ਕੌਣ ਪੁੱਛਦਾ ਉਸ ਤਾਂ ਭਾਰਤ ਕਹਿੰਦੇ ਆ ਤੇ ਉਸ ਤੋਂ ਪਹਿਲਾਂ ਜਿੰਨੀਆਂ ਵੀ ਚੋਣਾਂ ਲੜੀਆਂ ਉਹਨੇ ਇੰਡੀਆ ਕਹਿ ਕੇ ਲੜੀਆਂ ਸੋ ਗੱਲ ਕੋਈ ਫਰਕ ਨਹੀਂ ਘਾਵੇ ਭਾਈ ਇੰਡੀਆ ਕਹਤਾ ਕਹਤਾ ਹੁ ਈਸਟ ਇੰਡੀਆ ਕੰਪਨੀ ਦਾ ਚਲ ਘਾਰਾ ਪੈਦਾ ਕਿਉਂਕਿ ਇੰਡੀਆ ਸ਼ਬਦ ਅਸੀਂ ਤਾਂ ਹਟਾਉਣਾ ਚਾਹੁੰਦੇ ਆ ਹੈਰਾਨੀ ਹੋਗੀ ਹੱਦ ਹੋ ਗਈ ਇਸ ਗੱਲ ਦੇ ਉੱਤੇ ਵੀ ਭਾਰਤ ਦੇ ਵਿੱਚ ਬਾਕੀ ਤਾਂ ਸਾਰੇ ਕੰਮ ਹੋ ਹਟੇ ਸੀ ਰੋਜ਼ਗਾਰ ਸਭ ਨੂੰ ਮਿਲ ਗਿਆ ਨਕੋ ਨਖਜ਼ਾਨੇ ਭਰ ਗਿਆ ਲੋਕਾਂ ਨੂੰ ਪੈਸੇ ਟਕੇ ਦੀ ਕੋਈ ਸਮੱਸਿਆ ਨਹੀਂ ਰਹੇਗੀ ਦੇਸ਼ ਦੇ ਵਿੱਚ ਖੁਸ਼ਹਾਲੀ ਹੀ ਖੁਸ਼ਹਾਲੀ ਆ ਤੇ ਭਾਈ ਹੁਣ ਇੱਕ ਨਾਂ ਬਦਲਣ ਵਾਲਾ ਰਹਿ ਗਿਆ ਸੀ ਕੰਮ ਤੇ ਇਹ ਵੀ ਆਪਾਂ ਕਰਤਾ ਤੇ ਹੁਣ ਤਾਂ ਫਿਨਿਸ਼ ਗੱਲ ਖਤਮ ਹੋ ਗਈ ਹੁਣ ਸਾਰਾ ਕੁਝ ਮੁਕੰਮਲ ਹੋ ਗਿਆ ਆ ਹੁਣੇ-ਹੁਣੇ ਆਪਾਂ 1150 ਰੁਪਏ ਤੋਂ 200 ਰੁਪਏ ਸਿਲੰਡਰ ਦਾ ਘਟਾਇਆ ਉਹਦਾ ਨਾਮ ਭਾਵੇਂ ਇੰਡੀਆ ਰੱਖ ਲਓ ਭਾਰਤ ਦਾ ਨਾਮ ਰੱਖ ਲਓ ਭਾਵੇਂ ਸਿਲੰਡਰ ਦਾ ਨਾਮ ਕੋਈ ਹੋਰ ਰੱਖ ਲਓ ਉਹਦੇ ਨਾਲ ਕੀ ਫਰਕ ਪੈਂਦਾ ਲੋਕਾਂ ਦੀਆਂ ਲੋੜਾਂ ਦੀ ਪੂਰਤੀ ਵੱਲ ਖਿਆਲ ਨਾ ਕਰਿਓ ਇਹਦਾ ਨਾਮ ਬਦਲਤਾ ਉਹਦਾ ਨਾਮ ਬਦਲਤਾ ਇਹਦਾ ਨਾਮ ਬਦਲਤਾ ਇਹਨੂੰ ਐ ਕਰਤਾ ਬਸ ਆ ਗੱਲ ਕਰੀ ਚੱਲੇਗੇ ਉਸ ਤੋਂ ਅਗਲੀ ਗੱਲ ਬਹੁਤ ਜ਼ਰੂਰੀ ਨੇ ਆ ਵੀ ਅਰਵਿੰਦ ਕੇਜਰੀਵਾਲ ਨੇ ਕੱਲ ਕਿਹਾ ਉਹ ਕਹਿੰਦੇ ਵੀ ਜੇ ਮੰਨ ਲਓ ਇੰਡੀਆ ਘਟ ਜੋੜ ਦਾ ਨਾਮ ਬਦਲ ਕੇ ਅਸੀਂ ਭਾਰਤ ਕਰ ਲਿਆ ਅਸੀਂ ਇੰਡੀਆ ਨੂੰ ਭਾਰਤ ਕਰਨ ਦੇ ਬਾਰੇ ਸੋਚ ਰਹੇ ਹਾਂ ਤੇ ਇਹ ਨਾ ਹੋਵੇ ਕਿਤੇ ਇੰਡੀਆ ਦਾ ਨਾ ਭਾਜਪੀ ਕਰ ਦਿੱਤਾ ਜਾਵੇ ਸਰਕਾਰ ਆ ਕੀ ਪਤਾ ਕਹਵੇ ਵੀ ਇੰਡੀਆ ਦਾ ਨਾ ਅਜ ਤੋਂ ਬਾਅਦ ਭਾਜਪੀ ਹੋਇਆ ਕਰੂਗਾ ਉਹ ਕਹਿੰਦੇ ਵੀ ਇਦਾਂ ਵੀ ਹੋ ਸਕਦਾ ਰਾਗਵ ਚੱਡਾ ਨੇ ਵੀ ਇਹ ਗੱਲ ਕਹੀ ਆ ਉਹ ਕਹਿੰਦੇ ਜੀ ਅਸੀਂ ਸੋਚ ਰਹੇ ਆ ਕਿ ਆਉਂਦੇ ਸਮੇਂ ਦੇ ਵਿੱਚ ਨਾ ਗੱਠ ਜੋੜ ਦਾ ਨਾਂ ਬਦਲ ਕੇ ਇੰਡੀਆ ਹੀ ਨਾ ਰੱਖਿਆ ਜਾਵੇ ਭਾਰਤ ਕਰ ਦਿੱਤਾ ਜਾਵੇ ਤੇ ਉਹ ਕਹਿੰਦੇ ਵੀ ਕਮ ਸੇ ਕਮ ਇਹਨਾਂ ਨੂੰ ਕੋਈ ਹੋਰ ਨਾਂ ਲੱਭਣਾ ਪਵੇ ਫਿਰ ਕਿਸੇ ਹੋਰ ਪਾਸੇ ਨੂੰ ਤੁਰ ਪੈਣ ਸੋ ਇਸ ਤਰੀਕਿਆਂ ਗੱਲਾਂ ਬਾਤਾਂ ਚੱਲਦੀਆਂ ਭਾਰਤ ਨਾਂ ਵੀ ਬਹੁਤ ਸੋਹਣਾ ਤੇ ਉਹਦਾ ਅੰਗਰੇਜ਼ੀ ਕਰਨ ਇੰਡੀਆ ਤੇ ਇੰਡੀਆ ਦੇ ਬਾਰੇ ਆਪਾਂ ਹੁਣ ਤੱਕ ਕਦੇ ਸੁਣਿਆ ਤਾਂ ਹੈ ਨਹੀਂ ਸੀਗਾ ਵੀ ਭਾਈ ਇੰਡੀਆ ਦੇ ਵਿੱਚੋਂ ਕੋਈ ਝੌਲਾ ਇਦਾਂ ਪੈਂਦਾ ਨਫਰਤ ਵਾਲਾ ਜਾਂ ਪਾਈਏ ਚ ਕਬਜ਼ੇ ਵਾਲਾ ਭਾਵਨਾ ਪੈਦਾ ਹੁੰਦੀ ਆ ਪਰ ਭਾਈ ਹੁਣ ਚੋਣਾ ਸਿਰ ਦੇ ਉੱਤੇ ਝੌਲੇ ਵੀ ਪੈਣੇ ਆ ਕਬਜ਼ੇ ਵੀ ਲੱਗਣੇ ਆ ਮਾੜੇ ਨਾ ਵੀ ਲੱਗਣੇ ਆ ਕਈ ਚੰਗੇ ਵੀ ਲੱਗਣੇ ਆ ਪਰ ਭਾਈ ਕੰਮ ਕਰਕੇ ਦਿਖਾਓ ਲੋਕਾਂ ਨੂੰ ਕੰਮ ਤੋਂ ਆਸਾਂ ਲੋਕਾਂ ਦੇ ਲਈ ਕੰਮ ਕੀਤੇ ਹੁੰਦੇ ਤਾਂ ਗੱਲ ਹੋਰ ਹੁੰਦੀ ਜਾਂ ਜੇਕਰ ਕੀਤੇ ਆ ਤਾਂ ਲੋਕ ਫੇਰ ਚੋਣ ਲੈਣਗੇ ਪਰ ਇੱਕ ਧਰਮ ਦਾ ਮੁੱਦਾ ਤੇ ਇੱਕ ਨਾਵਾ ਦਾ ਮੁੱਦਾ ਇਹ ਭਾਰਤ ਦੇ ਲਈ ਬਹੁਤ ਵੱਡੇ ਪੱਧਰ ਦੇ ਉੱਤੇ ਚੜ੍ਹੋਤੀ ਆ ਮੈਂ ਅੱਗੇ ਵੀ ਗੱਲ ਸੋਚਦਾ ਹੁੰਨਾ ਵੀ ਭਾਰਤ ਦੇ ਵਿੱਚ ਕਈ ਸੂਬੇ ਤਾਂ ਐਸੇ ਵੀ ਆ ਜਿਹੜੇ ਇੱਕ ਧਰਮ ਵਿਸ਼ੇਸ਼ ਦੇ ਨਾਂ ਦੇ ਉੱਤੇ ਵੋਟਾਂ ਪਾ ਦਿੰਦੇ ਵੀ ਚਲੋ ਕੋਈ ਗੱਲ ਨਹੀਂ ਬਸ ਆਹ ਗੱਲ ਆ ਤਾਂ ਆ ਲਓ ਰੋਟੀ ਪੱਕਦੀ ਪੱਕੇ ਨਾ ਪੱਕੇ ਘਰ ਦੇ ਵਿੱਚ ਖੁਸ਼ੀ ਹੈ ਜਾਂ ਨਹੀਂ ਹੈ ਇਹਦੀ ਕੋਈ ਪਰਵਾਹ ਨਹੀਂ ਪਰ ਬਸ ਪਾ ਦਿਓ ਵੋਟਾਂ ਹੋ ਕੇ ਧਰਮ ਦੀ ਗੱਲ ਹੈਗੀ ਆ ਉਵੇਂ ਹੀ ਹੁਣ ਨਾਂ ਨੂੰ ਬਦਲੀ ਜਾਂਦੇ ਆ ਹਰਾਨੀ ਹੁੰਦੀ ਐ ਇਸ ਗੱਲ ਦੇ ਉੱਤੇ ਵੇਨੇ ਆ ਪਾਈ ਆਉਂਦੇ ਸਮੇਂ ਦੇ ਵਿੱਚ ਇਹ ਮਾਮਲਾ ਕਿਹੜੇ ਕਿਹੜੇ ਮੋੜ ਕੱਟਦਾ ਪਰ ਭਾਰਤ ਨਾ ਕਰ ਦੇਣਾ ਤੇ ਇੰਡੀਆ ਨਾ ਕਹਦੇ ਸੰਵਿਧਾਨ ਦੇ ਵਿੱਚੋਂ ਹਟਾਉਣ ਦੀਆਂ ਕੋਸ਼ਿਸ਼ਾਂ ਚੱਲ ਰਹੀਆਂ ਸੰਵਿਧਾਨ ਲਿਖਿਆ ਬਾਬਾ ਸਾਹਿਬ ਭੀਮਰਾਓ ਅੰਬੇਦਕਰ ਨੇ ਤੇ ਭੀਮਰਾਓ ਅੰਬੇਦਕਰ ਸਾਹਿਬ ਦੀ ਸੋਚ ਨੂੰ ਸਾਰੇ ਸਲਾਮ ਵੀ ਕਰਦੇ ਆ ਪਰ ਸੰਵਿਧਾਨ ਦੇ ਮੁਤਾਬਕ ਚੱਲ ਵੀ ਨਹੀਂ ਕੋਈ ਰਿਹਾ ਤੇ ਹਾਇਰ ਲਈ ਕਹਿੰਦੇ ਵੀ ਪਾਈ ਇਸਦਾ ਸਤਿਕਾਰ ਬਹੁਤ ਦਿੰਨੇ ਆ ਕਦੇ ਕਦੇ ਹਰਾਨੀ ਹੁੰਦੀ ਐ ਵੇ ਪਾਈ ਮੰਨਿਏ ਕਿ ਦੀ ਤੇ ਨਾ ਕਿ ਦੀ ਮੰਨਿਏ ਤੇ ਪਤਾ ਨਹੀਂ ਕਿਹੜੇ ਪਾਸੇ ਨੂੰ ਮਸਲਾ ਹੱਲ ਹੋਊਗਾ ਅਸੀਂ ਕੱਲ ਵੀ ਗੱਲ ਕੀਤੀ ਸੀ ਅੱਜ ਫੇਰ ਉਹੀ ਗੱਲ ਕਰਨ ਨੂੰ ਚਿਤ ਕਰਦਾ ਕਿ ਦੇਸ਼ ਦੇ ਵਿੱਚ ਬਣੂਗਾ ਕੀ ਤੇ ਭਾਰਤ ਦੇ ਵਿੱਚ ਤੇ ਖਾਸ ਕਰਕੇ ਪੰਜਾਬ ਦੇ ਵਿੱਚ ਬਣ ਕੀ ਰਿਆ ਕਿਉਂਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਗੱਟਚੋੜ ਹੋਣਾ ਹੁਣ ਇਹ ਗੱਲ ਸੋਚ ਕੇ ਹੈਰਾਨੀ ਜੀ ਹੁੰਦੀ ਹੈ ਵੀ ਯਾਰ ਇਹ ਗੱਲਾਂ ਕਿਵੇਂ ਕਰਨਗੇ ਮੈਂ ਕੱਲ ਆਪਣੇ ਦੋਸਤਾਂ ਨਾਲ ਵੀ ਗੱਲ ਕੀਤੀ ਮੈਂ ਸੋਚੀ ਜਾਵਾਂ ਮੈਂ ਅਖਾ ਯਾਰ ਜਦੋਂ ਇਹਨਾਂ ਨੇ ਮੰਨ ਲਓ ਗੱਟਚੋੜ ਕਰ ਲਿਆ ਤੇ ਹੁਣ ਤੱਕ ਤਾਂ ਇੱਕ ਦੂਜੇ ਦੇ ਖਿਲਾਫ ਬੋਲਦੇ ਨਾ ਰਹੇ ਉਹ ਕਹਿੰਦੇ ਜੀ ਇਹ ਬਦਲਾਵ ਵਾਲੀ ਪਾਰਟੀ ਦੇਖੋ ਜੀ ਇਹ ਤਾਂ ਬਦਲਾਵ ਲਊ ਪਾਰਟੀ ਆ ਬਦਲਾ ਨਹੀਂ ਉਹ ਕਹਿੰਦੇ ਜੀ ਇਹ ਤਾਂ ਲੂਟੂਆਂ ਦੀ ਪਾਰਟੀ ਆ ਆਪ ਵਾਲੇ ਕਹਿੰਦੇ ਸੀ ਕਾਂਗਰਸ ਦੇ ਬਾਰੇ ਹੁਣ ਭਰਾਵੋ ਜੇਕਰ ਇਹਨਾਂ ਨੇ ਗੱਠ ਜੋੜ ਕਰ ਲਿਆ ਤਾਂ ਇੱਕ ਨੂੰ ਮਿਲ ਗਈਆਂ ਮੰਨ ਲਓ 7 ਸੀਟਾਂ ਤੇ ਇੱਕ ਨੂੰ ਮਿਲ ਗਈਆਂ 6 ਤੇ ਪ੍ਰਚਾਰਕ ਵੀ ਘਰਿਆ ਕਰਨਗੇ ਕਿ ਭਾਈ ਦੇਖੋ ਜੀ ਇਹਨਾਂ ਨੂੰ ਪਾਈ ਹੋਈ ਵੋਟ ਤੁਹਾਡੀ ਆਪਣੀ ਵੋਟ ਆ ਜਿਹੜੀ ਤੁਹਾਡੇ ਹਲਕੇ ਦੇ ਵਿਕਾਸ ਦੇ ਵਿੱਚ ਸਹਾਇੀ ਹੋਊਗੀ ਇਹ ਬਹੁਤ ਇਮਾਨਦਾਰ ਲੋਕ ਨੇ ਅਸੀਂ ਇਹਨਾਂ ਦੇ ਨਾਲ ਆ ਅਸੀਂ ਆਪ ਵਾਲੇ ਆ ਇਹ ਕਾਂਗਰਸ ਦਾ ਉਮੀਦਵਾਰ ਆ ਪਰ ਇਹਨਾਂ ਨੂੰ ਵੱਧ ਤੋਂ ਵੱਧ ਵੋਟਾਂ ਪਾਓ ਫਿਰ ਜਿੱਥੇ ਆਪ ਦਾ ਉਮੀਦਵਾਰ ਖੜਾ ਹੋਊਗਾ ਉੱਥੇ ਕਾਂਗਰਸੀ ਜਾਊਗਾ ਉਹ ਕਹੋਗਾ ਜੀ ਦੇਖੋ ਭਾਵੇਂ ਅਸੀਂ ਕਾਂਗਰਸ ਵਾਲੇ ਆ ਪਰ ਇਹਨਾਂ ਨੂੰ ਵੋਟਾਂ ਪਾਓ ਕਿਉਂਕਿ ਅਸੀਂ ਇਕੱਠੇ ਆ ਤੇ ਹੁਣ ਤਾਂ ਇਕੱਠੇ ਨਹੀਂ ਸੀਗੇ ਤੇ ਲੋਕਾਂ ਨੂੰ ਇਕੱਠੇ ਹੋਣ ਨਹੀਂ ਦਿੱਤਾ ਲੋਕਾਂ ਨੂੰ ਕਹਿੰਦੇ ਬਦਲਾ ਲੈ ਕੇ ਆਉਣਾ ਆਪ ਇਕੱਠੇ ਹੋ ਗਏ ਆ ਸੋ ਲੋਕਾਂ ਦੇ ਮਨ ਵਿੱਚ 100 ਤਰ੍ਹਾਂ ਦੇ ਸਵਾਲ ਚੱਲਦੇ ਸਨ ਤੇ ਚੱਲਦੇ ਹਨ ਮੈਨੂੰ ਕਦੇ-ਕਦੇ ਐਂ ਲੱਗਦਾ ਵੀ ਇਹਨੇ ਪਰੋਸ ਕੇ ਆਪ ਹੀ ਸਾਰਾ ਕੁਝ ਵਿਰੋਧੀਆਂ ਨੂੰ ਦੇ ਦੇਣਾ ਵੀ ਭਾਈ ਆ ਲਓ ਅਸੀਂ ਤਾਂ ਐਦਾਂ ਹੀ ਆ ਤੁਸੀਂ ਜਿਵੇਂ ਕਰਨਾ ਕਰ ਲੋ ਤੇ ਹਾਲੇ ਤੱਕ ਕਾਂਗਰਸ ਨੂੰ ਇਸ ਗੱਲ ਦੀ ਸਮਝ ਨਹੀਂ ਲੱਗੀ ਕਿ 49 ਦਿਨ ਦੀ ਸਰਕਾਰ ਆ ਜਿਹੜੀ ਉਹ ਬਣਾਉਣ ਦੇ ਵਿੱਚ ਤੁਸੀਂ ਯੋਗਦਾਨ ਪਾਇਆ ਸੀਗਾ ਦਿੱਲੀ ਦੇ ਵਿੱਚ ਉਸ ਤੋਂ ਬਾਅਦ ਕਾਂਗਰਸੀ ਕਦੇ ਲੱਭੇ ਨਹੀਂ ਉੱਥੇ ਦਿੱਲੀ ਦੇ ਵਿੱਚੋਂ ਦਿੱਲੀ ਦੀ ਵਿਧਾਨ ਸਭਾ ਦੇ ਵਿੱਚ ਇੱਕ ਵੀ ਕਾਂਗਰਸੀ ਨਹੀਂ ਆ ਇੱਕ ਵੀ ਕਾਂਗਰਸ ਦਾ ਵਿਧਾਨ ਸਭਾ ਦਾ ਮੈਂਬਰ ਨਹੀਂ ਆ ਤੇ ਹੁਣ ਭਾਈ ਇੱਥੇ ਵੀ ਉਹੋ ਕੁਛ ਕਹਿੰਨੇ ਵੀ ਭਾਈ ਗੱਠ ਜੋੜ ਕਰਾਂਗੇ ਪਰ ਲੰਘੇ ਕੱਲ ਰਾਜਾ ਵੜਿੰਗ ਨੇ ਖੜਕਾ ਕੇ ਗੱਲ ਕਹਿਤੀ ਆ ਰਾਜਾ ਵੜਿੰਗ ਨੇ ਕਿਹਾ ਜੀ ਕਿ ਜਿਹੜੇ ਕਿ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਆ ਉਹ ਕਹਿੰਦੇ 13 ਦੀਆਂ 13 ਸੀਟਾਂ ਦੇ ਉੱਤੇ ਅਸੀਂ ਇਕੱਲੇ ਹੀ ਚੋਣ ਲੜਾਂਗੇ ਬਿਲਕੁਲ ਨਹੀਂ ਪੰਜਾਬ ਦੇ ਵਿੱਚ ਗੱਠ ਜੋੜ ਕਰਾਂਗੇ ਸਾਰੇ ਸਾਡੇ ਉਮੀਦਵਾਰ ਹੋਣਗੇ ਉਹ ਆਪਦੇ 13 ਖੜੇ ਕਰਨਗੇ ਅਸੀਂ ਆਪਦੇ 13 ਖੜੇ ਕਰਾਂਗੇ ਪੰਜਾਬ ਦੇ ਵਿੱਚ ਕੋਈ ਗੱਠ ਜੋੜ ਨਹੀਂ ਪਰ ਉਹ ਕਹਿੰਦੇ ਵੀ ਦੇਸ਼ ਦੇ ਵਡੇਰੇ ਹਿੱਤਾਂ ਵਾਸਤੇ ਗੱਠ ਜੋੜਤਾ ਹੋਣਾ ਚਾਹੀਦਾ ਤਖੜਾ ਪਰ ਪੰਜਾਬ ਦੇ ਵਿੱਚ ਇਹ ਗੱਠ ਜੋੜ ਨਹੀਂ ਹੋਊਗਾ ਉਹ ਕਹਿੰਦੇ ਵੀ ਅਸੀਂ ਤਾਂ ਹੁਣ ਤੱਕ ਵਿਰੋਧ ਕਰਦੇ ਆਏ ਆਂ ਅਸੀਂ ਸੱਤਾਧਾਰੀ ਧਰਦੇ ਖਿਲਾਫ ਧਰਨੇ ਲਾਉਂਦੇ ਆਏ ਆਂ ਅਸੀਂ ਬਹੁਤ ਸਾਰੇ ਨਾਂ ਦੇ ਉੱਤੇ ਸਵਾਲ ਕੀਤੇ ਕੰਮ ਕਰਨ ਦੇ ਤਰੀਕਿਆਂ ਦੇ ਉੱਤੇ ਤੇ ਹੁਣ ਅਸੀਂ ਗੱਠ ਜੋੜ ਸੋਰੀ ਕਰਾਂਗੇ ਸੋ ਮੈਨੂੰ ਨਹੀਂ ਪਤਾ ਜੀ ਕਿ ਜੋ ਪੰਜਾਬ ਦੇ ਨੇਤਾਵਾਂ ਦੇ ਵੱਲੋਂ ਕਿਹਾ ਜਾ ਰਿਹਾ ਇਹਦੀ ਕੋਈ ਕਦਰ ਇਹਦਾ ਕੋਈ ਸਤਿਕਾਰ ਹਾਈ ਕਮਾਂਡ ਦੇ ਮਨ ਵਿੱਚ ਹੈ ਕਿ ਨਹੀਂ ਜਾਂ ਪੰਜਾਬ ਦੇ ਨੇਤਾ ਹਾਈ ਕਮਾਂਡ ਤੋਂ ਬਾਗੀ ਹੋ ਜਾਣਗੇ ਤੇ ਜਾਂ ਫਿਰ ਹਾਈ ਕਮਾਂਡ ਕਹੋਗੇ ਵੀ ਚਲੋ ਕੋਈ ਗੱਲ ਨਹੀਂ ਯਾਰ ਬਾਕੀ ਸੂਬਿਆਂ 'ਚ ਠੀਕ ਆ ਪੰਜਾਬ ਦੇ ਵਿੱਚ ਰਹਿਣ ਦਿਨੇ ਲੜੀ ਜਾਣ ਦਿਓ ਆਪਸ ਦੇ ਵਿੱਚ ਹੋ ਸਕਦਾ ਹੁੰਦੇ ਸਮੇਂ ਦੇ ਵਿੱਚ ਕੋਈ ਨਵੀਂ ਜਾਣਕਾਰੀ ਵੀ ਹੋਵੇ ਮਹੀਨੇ ਹਾਲੇ ਕਈ ਪਏ ਆ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਪਰ ਪਹਿਲਾਂ ਇਸ ਰਿਪੋਰਟ ਦਾ ਵੀਰਵਾ ਸਾਂਝਾ ਕਰਦੇ ਆ ਕਿ ਰਾਜਾ ਬੜਿੰਗ ਨੇ ਲੰਘੇ ਕੱਲ ਕੀ ਕੀ ਗੱਲ ਕਹੀ ਆ ਤੇ ਫਿਰ ਕਰਾਂਗੇ ਟਿੱਪਣੀ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾਪੜਿੰਗ ਨੇ ਕਿਹਾ ਕਿ ਪੰਜਾਬ ਦੇ ਵਿੱਚ ਆਮ ਆदमी ਪਾਰਟੀ ਤੇ ਕਾਂਗਰਸ ਦਾ ਕੋਈ ਗਠਜੋੜ ਨਹੀਂ ਹੋਵੇਗਾ। ਉਹਨਾਂ ਨੇ ਸਪਸ਼ਟ ਕੀਤਾ ਕਿ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਦੇ ਉੱਤੇ ਅਸੀਂ ਚੋਣ ਲੜਾਂਗੇ ਤੇ ਸਾਨੂੰ ਹਾਈ ਕਮਾਂਡ ਨੇ ਵੀ ਇਹੀ ਕਿਹਾ ਕਿ 13 ਦੀਆਂ 13 ਸੀਟਾਂ ਦੇ ਉੱਤੇ ਚੋਣ ਲੜਨ ਦੀ ਤਿਆਰੀ ਕਰੋ। ਉਹਨਾਂ ਨੇ ਕਿਹਾ ਕਿ ਮੀਡੀਆ ਵਾਰ-ਵਾਰ ਇੱਕੋ ਹੀ ਗੱਲ ਪੁੱਛ ਰਿਹਾ। ਉਹਨਾਂ ਕਿਹਾ ਕਿ ਇੰਡੀਆ ਅਲਾਈਅੰਸ ਡੈਮੋਕ੍ਰੇਸੀ ਨੂੰ ਬਚਾਉਣ ਦੇ ਲਈ ਹੈ। ਜੋ ਲੋਕ ਇਹਦੇ ਵਿੱਚ ਇਕੱਠੇ ਹੋਏ ਨੇ ਉਹਨਾਂ ਦੇ ਚੋਣ ਚਿੰਨ ਅਲੱਗ-ਅਲੱਗ ਨੇ, ਝੰਡੇ ਅਡ-ਅਡ ਨੇ। ਉਹਨਾਂ ਦਾ ਇਹੀ ਮੰਨਣਾ ਕਿ ਸਭ ਨੂੰ ਇਕੱਠੇ ਹੋ ਕੇ ਹਮਲਾ ਬਾਰਨਾ ਚਾਹੀਦਾ ਪਰ ਪੰਜਾਬ ਦੇ ਵਿੱਚ ਹੀ ਹੋ ਜਾ ਨਹੀਂ ਹੈ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਸਾਹਮਣੇ ਕਾਂਗਰਸ ਲੜਦੀ ਹੈ ਰਾਜਾ ਬਣੇ ਨੇ ਕਿਹਾ ਕਿ ਦੇਸ਼ ਤੇ ਪੰਜਾਬ ਦੇ ਮੁੱਦੇ ਨੂੰ ਅਸੀਂ ਲਗਾਤਾਰ ਚੁੱਕ ਰਹੇ ਹਾਂ ਪੰਜਾਬ ਸਰਕਾਰ ਦੇ ਖਿਲਾਫ ਅਸੀਂ ਧਰਨੇ ਲਾਏ ਨੇ ਮੇਰੇ ਕਹਿਣ ਦਾ ਮਤਲਬ ਸਪਸ਼ਟ ਹੈ ਕਿ ਜਦੋਂ ਮੋਦੀ ਖਿਲਾਫ ਲੜਾਈ ਹੈ ਤਾਂ ਅਸੀਂ ਇਕੱਠੇ ਹਾਂ ਉਧਰ ਆਮ ਆਦਮੀ ਪਾਰਟੀ ਨਾਲ ਗੱਠਜੋੜ ਬਾਰੇ ਮੁਹੰਮਦ ਸਲੀਕ ਜਿਹੜੇ ਕਿ ਐਮਪੀ ਨੇ ਉਹਨਾਂ ਨੇ ਕਿਹਾ ਕਿ ਫੈਸਲਾ ਹਾਈ ਕਮਾਂਡ ਨੇ ਲਿਆ ਠੀਕ ਕੀਤਾ ਉਹਨਾਂ ਨੇ ਕਿਹਾ ਕਿ ਅੱਜ ਤੱਕ ਹਾਈ ਕਮਾਂਡ ਦੇ ਹੁਕਮਾਂ ਦੀ ਪਾਲਣਾ ਕੀਤੀ ਆ ਹੁਣ ਵੀ ਕਰਾਂਗੇ ਅਸੀਂ ਅਨੁਸ਼ਾਸਨ ਵਿੱਚ ਰਹਿਣ ਵਾਲੇ ਵਰਕਰ ਹਾਂ ਹਾਈ ਕਮਾਂਡ ਜੋ ਵੀ ਫੈਸਲਾ ਕਰਨੀ ਹੈ ਅਸੀਂ ਪਾਲਣਾ ਕਰਦੇ ਹਾਂ ਜੋ ਵਿਰੋਧੀ ਭਾਰਤ ਦੇ ਸੰਵਿਧਾਨ ਦੇ ਵਿਰੁੱਧ ਕੰਮ ਕਰ ਰਿਹਾ ਤੇ ਇਸ ਸੰਵਿਧਾਨ ਨੂੰ ਨਸ਼ਟ ਕਰਨਾ ਚਾਹੁੰਦਾ ਹੈ ਉਹਦੇ ਖਿਲਾਫ ਸਾਨੂੰ ਸਭ ਨੂੰ ਇਕਜੁੱਟ ਹੋ ਜਾਣਾ ਚਾਹੀਦਾ ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਹਾਂ ਦੋਸਤੋ ਪਹਿਲੀ ਗੱਲ ਤਾਂ ਅਸੀਂ ਕਹਾਂਗੇ ਇਹ ਬਚਕਾਨਾ ਗੱਲ ਹੋ ਗਈ ਜੇਕਰ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਤੇ ਕਾਂਗਰਸ ਮਿਲ ਕੇ ਚੋਣ ਲੜਨ ਲੱਗ ਪੇ ਦੇਖੋ ਇਸ ਵੇਲੇ ਆਮ ਆदमी ਪਾਰਟੀ ਨੂੰ ਵੀ ਸਵਾਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਸਵਾਲ ਜਿਹੜੇ ਕਾਂਗਰਸ ਦੇ ਉੱਤੇ ਇਨੇ ਉੱਠੇ ਆ ਲੰਘੇ ਵੇਲੇ ਦੇ ਵਿੱਚ ਵੀ ਤੇ ਅੱਜ ਦੇ ਵੇਲੇ ਦੇ ਵਿੱਚ ਵੀ ਵੀ ਭਾਈ ਉਹ ਉੱਠਦੀ ਪ੍ਰਤੀਤ ਨਹੀਂ ਹੋ ਰਹੀ ਉਹ ਸਵਾਲਾਂ ਨੇ ਭਾਰ ਥੱਲੇ ਦੱਬੀ ਹੋਈ ਆ ਸੋ ਦੇਖਦੇ ਆ ਭਾਈ ਆਉਂਦੇ ਸਮੇਂ ਦੇ ਵਿੱਚ ਕਾਂਗਰਸੀ ਜਿਹੜੇ ਪੰਜਾਬ ਦੇ ਆ ਉਹਨਾਂ ਦੇ ਵੱਲੋਂ ਮਾਰੀ ਗਈ ਘੁਰਕੀ ਜਾਂ ਕਹਿ ਲਈਏ ਵੀ ਚੁੱਕੀ ਗਈ ਆਵਾਜ਼ ਜਾਂ ਕਹਿ ਲਈਏ ਬਗਾਵਤੀ ਤੇਵਰ ਅਖਤਿਆਰ ਕੀਤੇ ਗਏ ਜਿਹੜੇ ਉਹਦੇ ਨਾਲ ਕੀ ਅਸਰ ਪੈਂਦਾ ਪਰ ਇੱਕ ਗੱਲ ਜ਼ਰੂਰ ਆ ਵੀ ਜੇ ਕਿਤੇ ਇਕੱਠੇ ਹੋ ਕੇ ਚੋਣ ਲੜਨ ਲੱਗ ਪੇ ਕਿਰਕਰੀ ਬਹੁਤ ਹੋਣ ਦੀ ਸੰਭਾਵਨਾ ਪਤਾ ਨਹੀਂ ਵੀ ਆਉਂਦੇ ਸਮੇਂ ਦੇ ਵਿੱਚ ਹੋ ਸਕਦਾ ਵੀ ਭਾਈ ਲੋਕਾਂ ਦੀ ਸੋਚ ਇਦਾਂ ਦੀ ਬਣ ਜੇ ਪਰ ਮੈਨੂੰ ਅੱਜ ਦੀ ਤਰੀਕੇ ਦੇ ਵਿੱਚ ਲੱਗਦਾ ਵੀ ਇਹ ਗੱਲ ਸੂਤ ਬਹਿਣੀ ਨਹੀਂ ਮੈਨੂੰ ਲੱਗਦਾ ਵੀ ਪੰਜਾਬ ਦੇ ਵਿੱਚ ਤਾਂ ਬਿਲਕੁਲ ਨਹੀਂ ਬਠਣੀ ਨੈਸ਼ਨਲ ਲੈਵਲ ਦੇ ਉੱਤੇ ਗੱਠ ਜੋੜ ਕੇ ਕੀ ਚਮਤਕਾਰ ਕਰੂਗਾ ਤਾਂ ਸਮਾਂ ਰਸੂਗਾ ਪਰ ਇਹ ਗੱਲ ਜ਼ਰੂਰ ਹੈ ਵੀ ਜਦੋਂ ਤੁਸੀਂ ਕਿਸੇ ਦੇ ਬਾਰੇ ਇੰਨਾ ਕਹੀ ਜਾਂਦੇ ਹੋ ਚੋਰ ਹਨ ਲੁਟੇਰੇ ਹਨ ਠੱਗ ਹਨ ਲੁੱਟ ਕੇ ਖਾ ਕੇ ਪੰਜਾਬ ਬਰਬਾਦ ਕਰਤਾ ਤੇ ਫਿਰ ਤੁਸੀਂ ਭਾਈ ਉਹਨਾਂ ਨਾਲ ਹੀ ਗੱਠ ਜੋੜ ਕਰ ਲਓ ਤੁਸੀਂ ਇਕੱਠੇ ਹੋ ਕੇ ਚੋਣ ਲੜੋ ਤੇ ਉਹ ਕਹਿੰਦੇ ਹੁਣ ਵੀ ਤੁਸੀਂ ਬਦਲਾ ਦੇ ਨਾਂ ਤੇ ਲੋਕਾਂ ਨੂੰ ਗਮਰਾਹ ਕੀਤਾ ਤੁਸੀਂ ਮੁਫਤੀਆਂ ਚੀਜ਼ਾਂ ਦੇਣ ਵਾਲੇ ਤੁਸੀਂ ਬੋਰਡਾਂ ਦੇ ਉੱਤੇ ਫੋਟੋਆਂ ਛਪਵਾਉਣ ਵਾਲੇ ਇਸ਼ਤਿਹਾਰੀ ਸਰਕਾਰ ਤੁਸੀਂ ਲੋਕਾਂ ਨੂੰ ਮਿੱਠੀਆਂ ਗੋਲੀਆਂ ਦੇ ਕੇ ਸੱਤਾ ਦੇ ਵਿੱਚ ਆਉਣ ਵਾਲੇ ਤੇ ਉਹ ਜੇਕਰ ਨਾਲ ਤੁਹਾਡੇ ਘੱਟ ਜੋੜ ਕਰ ਲੈਣਗੇ ਤੇ ਭਾਈ ਫਿਰ ਤੁਹਾਨੂੰ ਅਸੀਂ ਕਿਵੇਂ ਸਹੀ ਕਹਗੇ ਤੇ ਕੌਣ ਤੁਹਾਨੂੰ ਸਹੀ ਕਹੂਗਾ ਤੇ ਕੌਣ ਕੌਣ ਗਲਤ ਕਹੂਗਾ ਇਹ ਸਮੇਂ ਨੇ ਆਪੇ ਬਿਆਨ ਕਰਨਾ ਪਰ ਲੜਾਈ ਹੋਊਗੀ ਤੇ ਕਿ ਤਿੱਖੀ ਵੋਟਾਂ ਦੀ ਜੰਗ ਹੋਊਗੀ ਤਿੱਖੀ ਉਹਦੇ ਵਿੱਚ ਕਈ ਤਰ੍ਹਾਂ ਦੇ ਮੋੜ ਹਲੇ ਸਾਹਮਣੇ ਆਉਣੇ ਆ ਲੰਗੇ ਕੱਲ ਅਧਿਆਪਕ ਦਿਵਸ ਸੀ ਯਾਨੀ ਕਿ 5 ਤਰੀਕ ਨੂੰ ਹਰ ਸਾਲ ਅਧਿਆਪਕ ਦਿਵਸ ਮਨਾਇਆ ਜਾਂਦਾ ਅਸੀਂ ਸਾਰੇ ਅਧਿਆਪਕਾਂ ਦਾ ਬਹੁਤ ਸਤਿਕਾਰ ਕਰਦੇ ਆਂ ਆਪਣਿਆਂ ਦਾ ਵੀ ਤੁਹਾਡਿਆਂ ਦਾ ਵੀ ਸਭ ਦੇ ਅਧਿਆਪਕ ਚੜ੍ਹਦੀ ਕਲਾ ਦੇ ਵਿੱਚ ਰਹਿਣ ਜਿਹਦੇ ਕਰਕੇ ਅਸੀਂ ਕੁਝ ਬੋਲਣ ਦੇ ਲਿਖਣ ਦੇ ਤੇ ਜ਼ਿੰਦਗੀ ਜਿਉਣ ਦੀ ਜਾਂਚ ਸਿੱਖਣ ਦੇ ਕਾਬਿਲ ਬਣੇ ਆ ਇਹ ਸਭ ਕੁਝ ਅਧਿਆਪਕਾਂ ਦੇ ਕਰਕੇ ਆ ਸੋਹਰਦਾ ਅਧਿਆਪਕਾਂ ਦੇ ਕਰਕੇ ਸਲਾਮ ਆ ਉਹਨਾਂ ਨੂੰ ਪੈਰੀ ਪੈੜਾ ਉਹਨਾਂ ਨੂੰ ਪਰ ਗੱਲੇ ਵੀ ਲੰਗੇ ਕੱਲ ਅਧਿਆਪਕਾਂ ਦੇ ਨਾਲ ਧੱਕਾਬੁਕੀ ਵੀ ਹੋਈ ਝੜਪਾਂ ਵੀ ਹੋਈਆਂ ਅਧਿਆਪਕ ਦੇ ਇਸ ਦੇ ਮੌਕੇ ਦੇ ਉੱਤੇ ਸੰਘਰੂਰ ਨੇ ਵਾਲਾ ਅਧਿਆਪਕਾ ਨਿੱਖਤੂ ਹੋਈ ਹੈ ਜਾਂ ਕਹਿੰਦੇ ਗੇ ਲਾਠੀ ਚਾਰਜ ਹੋਇਆ ਜਿਹਦੇ ਕਰਕੇ ਅਧਿਆਪਕ ਬਹੁਤ ਗੁੱਸੇ ਦੇ ਵਿੱਚ ਹੈ ਉਹਨਾਂ ਨੇ ਇਹ ਗੱਲ ਕਹੀ ਆ ਕਿ ਆ ਦੇਖੋ ਕੈਸਾ ਬਦਲਾ ਆਇਆ ਅਸਲ ਵਿੱਚ ਇਹ ਅਧਿਆਪਕ ਜਿਹੜੇ ਕਿ ਪਿਛਲੇ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੇ ਰੋਜ਼ਗਾਰ ਦੇ ਲਈ ਇਹ ਉਹ ਸੀ ਜਿਹੜੇ ਕਿ ਭਗਵੰਤ ਮਾਨ ਸਾਹਿਬ ਦੀ ਕੋਠੀ ਦੇ ਵੱਲ ਵਧੇ ਪਰ ਪੁਲਿਸ ਦੇ ਵੱਲੋਂ ਰੋਕੇ ਗਏ ਤੇ ਉੱਥੇ ਜਾ ਕੇ ਖਾਸੀਆਂ ਵੱਡੀਆਂ ਝੜਪਾਂ ਹੋਈਆਂ ਪਹਿਲਾਂ ਇਸ ਰਿਪੋਰਟ ਦਾ ਵਿਰਵਾ ਤੇ ਫਿਰ ਕਰਾਂਗੇ ਟਿੱਪਣੀ ਅਧਿਆਪਕ ਦੇ ਉਸ ਦੇ ਮੌਕੇ ਤੇ ਭਗਵੰਤ ਮਾਨ ਦੀ ਸੰਗਰੂਥ ਸਥਤਰ ਰਿਹائش ਨੇੜੇ ਅਧਿਆਪਕਾਂ ਦੀ ਪੁਲਿਸ ਨਾਲ ਝੜਪ ਹੋਈ ਈਟੀਟੀ 5994 ਅਧਿਆਪਕ ਯੂਨੀਅਨ ਦੇ ਵੱਲੋਂ ਮੁੱਖ ਮੰਤਰੀ ਨਿਵਾਸ ਅੱਗੇ ਧਰਨਾ ਦਿੱਤਾ ਗਿਆ ਇਸ ਦੌਰਾਨ ਪ੍ਰਦਰਸ਼ਨਕਾਰੀਆਂ ਦੀ ਪੁਲਿਸ ਨਾਲ ਝੜਪ ਹੋ ਗਈ ਅਧਿਆਪਕ ਅਦਵਸਤੇ ਮੌਕੇ ਤੇ ਪੰਜਾਬ ਭਰ ਦੇ ਬੇਰੁਜ਼ਗਾਰ ਅਧਿਆਪਕ ਆਪਣੀਆਂ ਮੰਗਾਂ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹائش ਅਗੇ ਵੱਡੀ ਗਿਣਤੀ ਦੇ ਵਿੱਚ ਇਕੱਠੇ ਹੋਏ 5994 ਬੇਰੁਜ਼ਗਾਰ ਅਧਿਆਪਕ ਆਪਣੀ ਜੁਆਇਨਿੰਗ ਨੂੰ ਲੈ ਕੇ ਲੰਮੇ ਸਮੇਂ ਤੋਂ ਲਗਾਤਾਰ ਰੋਸ ਪ੍ਰਦਰਸ਼ਨ ਕਰ ਰਹੇ ਸਨ ਉਹਨਾਂ ਦਾ ਕਹਿਣਾ ਹੈ ਕਿ ਪੇਪਰ ਤੇ ਸਾਰੀਆਂ ਕਾਗਜ਼ੀ ਕਾਰਵਾਈਆਂ ਪੂਰੀਆਂ ਹੋ ਚੁੱਕੀਆਂ ਨੇ ਪਰ ਸਰਕਾਰ ਸਾਨੂੰ ਜੁਆਇਨ ਨਹੀਂ ਕਰਵਾ ਰਹੀ ਇਸ ਤੋਂ ਪਹਿਲਾਂ ਸਵੇਰ ਦੇ ਵੇਲੇ ਮੁੱਖ ਮੰਤਰੀ ਸਾਹਿਬ ਨੇ ਅਧਿਆਪਕ ਦੇ ਅਦਵਸਤੇ ਮੌਕੇ ਦੇ ਉੱਤੇ ਭਾਸ਼ਣ ਦਿੱਤਾ ਉਹਨਾਂ ਨੇ ਮੁਬਾਰਕਬਾਦ ਦਿੱਤੀ ਸਭ ਨੂੰ ਇਦੇ ਨਾਲ ਹੀ ਅਧਿਆਪਕਾਂ ਨੂੰ ਬਣਦੇ ਹੱਕ ਤੇ ਮਾਣ ਇੱਜ਼ਤ ਦੇਣ ਦੀ ਗੱਲ ਵੀ ਕਹੀ ਮੁੱਖ ਮੰਤਰੀ ਨੇ ਕਿ ਪਿਛਲੀਆਂ ਸਰਕਾਰਾਂ ਵੱਲੋਂ ਦਰਕਿਨਾਰ ਕੀਤੇ ਗਏ ਅਧਿਆਪਕਾਂ ਨੂੰ ਬਣਦੇ ਹੱਕ ਤੇ ਮਾਣ ਇੱਜ਼ਤ ਦੇਣ ਦੇ ਲਈ ਸਾਡੀ ਸਰਕਾਰ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਨੇ ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਆ ਦੋਸਤੋ ਪਹਿਲੀ ਗੱਲ ਤਾਂ ਅਸੀਂ ਕਹਾਂਗੇ ਅਧਿਆਪਕਾਂ ਦੀ ਅਧਿਆਪਕ ਦਿਵਸ ਵਾਲੇ ਦਿਨ ਖਿੱਚਤੂ ਹੋਣੀ ਝੜਪਾ ਹੋਣੀ ਆ ਦੁੱਖ ਦੀ ਗੱਲ ਆ ਮੈਂ ਅੱਗੇ ਵੀ ਗੱਲ ਕਹਿਣਾ ਹੁੰਦਾ ਵੀ ਜੇਕਰ ਤੁਸੀਂ ਬੀਐਡ ਕਰ ਲਈ ਆ ਨਾ ਤਾਂ ਇਹਦਾ ਮਤਲਬ ਅੱਜ ਕੱਲ ਇਹ ਨਹੀਂ ਮੈਂ ਅੱਜ ਦੇ ਪ੍ਰਸੰਗ ਦੀ ਗੱਲ ਕਰਦਾ ਕੋਈ ਟਾਂਚ ਵਾਲੀ ਗੱਲ ਨਹੀਂ ਅੱਜ ਦੇ ਪ੍ਰਸੰਗ ਦੇ ਵਿੱਚ ਬੀਐਡ ਕਰ ਲੈਣੀ ਈਟੀਟੀ ਕਲੀਅਰ ਕਰ ਲੈਣੀ ਟੈਟ ਦਾ ਟੈਸਟ ਪਾਸ ਕਰ ਲੈਣਾ ਹੀ ਕਾਫੀ ਨਹੀਂ ਟੈਂਕੀਆਂ ਤੇ ਚੜਨ ਦਾ ਤਜਰਬਾ ਵੀ ਹੋਣਾ ਚਾਹੀਦਾ ਪੁਲਿਸ ਦੇ ਨਾਲ ਮੁਕਾਬਲਾ ਕਰਨ ਦਾ ਤਜਰਬਾ ਵੀ ਹੋਣਾ ਚਾਹੀਦਾ ਮਟਕਾ ਚੌਂਕ ਦੇ ਵਿੱਚ ਬਹਿਣ ਦਾ ਤਜਰਬਾ ਵੀ ਹੋਣਾ ਚਾਹੀਦਾ ਵੋਟਾਂ ਦੇ ਵੇਲੇ ਸੰਘਰਸ਼ ਕਰਨ ਦਾ ਤਜਰਬਾ ਵੀ ਹੋਣਾ ਚਾਹੀਦਾ ਨੇਤਾਵਾਂ ਦਾ ਘਰਾਉ ਕਰਨ ਦਾ ਤਜਰਬਾ ਵੀ ਹੋਣਾ ਚਾਹੀਦਾ ਤੇ ਫਿਰ ਕਿਤੇ ਜਾ ਕੇ ਸਰਕਾਰ ਕਿਸੇ ਵੀ ਪਾਰਟੀ ਦੀ ਹੋਵੇ ਉਹ ਮੰਗਾ ਮੰਦੀ ਆ ਕੱਚੇ ਭਰਤੀ ਕਰਦੀ ਆ ਪੱਕੇ ਨਹੀਂ ਤਬਾਦ ਦੀ ਗੱਲ ਆ ਸੋ ਜਿਹੜੇ ਅਧਿਆਪਕ ਸਹਿਬਾਨ ਨੇ ਉਹ ਸਰਕਾਰ ਦੇ ਵੱਲੋਂ ਤੈਅ ਕੀਤੇ ਕੇ ਸਾਰੇ ਮਾਪਦੰਡ ਪੂਰੇ ਕਰ ਚੁੱਕੇ ਆ ਉਹਨਾਂ ਨੇ ਟੈਸਟ ਪਾਸ ਕਰ ਲਏ ਕਈ ਤਾਂ ਵਿਚਾਰੇ ਓਵਰੇਜ ਹੋ ਗਏ ਨੌਕਰੀ ਢਿੱਖਦੇ ਆ ਕਈਆਂ ਜਿਹੜੀ ਟੈਟਾ ਉਹ ਵੀ ਜਿਹੜੀ ਅੱਗੇ ਨਿਕਲ ਜਾਂਦੀ ਸਮਾਂ ਨਿਕਲ ਜਾਂਦਾ ਈਟੀਟੀ ਕਰਕੇ ਵੀ ਵਿਚਾਰੇ ਢਿੱਕੀ ਜਾਂਦੇ ਬੀਐਡ ਕਰਕੇ ਵੀ ਵਿਚਾਰੇ ਢਿੱਕੀ ਜਾਂਦੇ ਕਸੂਰ ਕੀ ਆ ਇਧਰ ਅਸਾਮੀਆਂ ਖਾਲੀ ਪਈਆਂ ਇਧਰ ਅਸਾਮੀਆਂ ਦੇ ਉੱਤੇ ਭਰਤੀ ਹੋਣ ਦੇ ਲਈ ਤਿਆਰ ਵਰ ਤਿਆਰ ਹੱਤ ਸਰਕਾਰਾਂ ਕਰਦੀਆਂ ਕੁਝ ਨਹੀਂ ਪਰ ਲੰਘੇ ਕੱਲ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਵੀ ਗੱਲ ਕਹੀ ਆ ਉਹ ਕਹਿੰਦੇ ਵੀ ਦੇਖੋ ਜਪਾਨ ਦੇ ਵਿੱਚ ਸਾਇੰਸ ਮੇਲਾ ਲੱਗ ਰਿਹਾ 60 ਵਿਦਿਆਰਥੀ ਜਾਣੇ ਪੂਰੇ ਭਾਰਤ ਦੇ ਵਿੱਚੋਂ ਇਹਦੇ ਵਿੱਚੋਂ 6 ਵਿਦਿਆਰਥੀ ਪੰਜਾਬ ਦੇ ਤੇ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਆ ਉਹਨਾਂ ਨੇ ਕਿਹਾ ਜੀ ਕਿ ਅਸੀਂ ਪੰਜਾਬ ਦੇ ਵਿੱਚ ਸੈਂਕੜੇ ਦੀ ਗਿਣਤੀ ਵਿੱਚ ਐਮੀਨੈਂਸ ਸਕੂਲ ਖੋਲ ਰਹੇ ਆ ਤੇ ਐਮੀਨੈਂਸ ਸਕੂਲਾਂ ਦੇ ਉਦਘਾਟਨ ਲਗਾਤਾਰ ਹੁਣ ਅਸੀਂ ਕਰਾਂਗੇ ਉਹਨਾਂ ਨੇ ਕਿਹਾ ਜੀ ਕਿ ਪਹਿਲੀ ਵਾਰ ਪੰਜਾਬ ਦੀ ਸਰਕਾਰ ਨੇ 300 ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਹੈ ਜਿਹੜੀ ਉਹ ਸਕੂਲਾਂ ਦੀ ਚਾਰ ਦੀਵਾਰੀ ਦੇ ਉੱਤੇ ਖਰਚ ਕੀਤੀ ਆ ਬਹੁਤ ਚੰਗੀ ਗੱਲ ਆ ਪਰ ਸਕੂਲਾਂ ਦੀਆਂ ਕਮਜ਼ੋਰ ਹੋਈਆਂ ਇਮਾਰਤਾਂ ਵੱਲ ਜ਼ਰੂਰ ਦੇਖਣਾ ਚਾਹੀਦਾ ਬਦੋਵਾਲ ਦੀ ਇਮਾਰਤ ਸੀ ਦੇਖੀ ਆ ਛੱਤ ਡਿੱਗ ਪਈ ਇੱਕ ਅਧਿਆਪਕਾ ਦੀ ਮੌਤ ਹੋਈ ਤੇ ਨਜ਼ਖਮੀ ਹੋਇਆ ਸੋ ਹੋਰ ਸਕੂਲ ਆ ਜਿਹੜੇ ਉਹ ਸਿਰਫ ਲਿਪਾ ਪੋਚੀ ਦੇ ਸ਼িকার ਨਾ ਹੋਣ ਹੋਰ ਸਕੂਲ ਆ ਜਿਹੜੇ ਸੋਹਣੇ ਸਮਰ ਜਾਣ ਅਧਿਆਪਕ ਚੰਗੇ ਹੋਣ ਭਰਤੀ ਪੂਰੇ ਹੋਣ ਸੋਹਣੇ ਕਲਾਸਰੂਮ ਹੋਣ ਖੇਡ ਮੈਦਾਨ ਚੰਗੇ ਹੋਣ ਪੀਣ ਦੇ ਪਾਣੀ ਦਾ ਪ੍ਰਬੰਧ ਹੋਵੇ ਗੁਸਲਖਾਨੇ ਚੰਗੇ ਹੋਣ ਉੱਥੇ ਸਾਰੀਆਂ ਖੇਡ ਗਤੀਵਿਧੀਆਂ ਹੋਣ ਸਾਈਕਲ ਸਟੈਂਡ ਉੱਥੇ ਹੋਵੇ ਬਾਕੀ ਸਭ ਕੁਝ ਹੋਵੇ ਇਹ ਸਮੇਂ ਦੀ ਬਹੁਤ ਵੱਡੀ ਲੋੜ ਹੈ ਬਾਕੀ ਅਧਿਆਪਕ ਦੇ ਉਸ ਦੇ ਉੱਤੇ ਇੱਕ ਵਾਰ ਫੇਰ ਮੁਬਾਰਕਾਂ ਸਾਰੇ ਅਧਿਆਪਕ ਚੜ੍ਹਦੀ ਕਲਾ ਦੇ ਵਿੱਚ ਰਹਿਣ ਚੰਗੇ ਤਰੀਕੇ ਨਾਲ ਪੜਾਉਂਦੇ ਰਹਿਣ ਜ਼ਿੰਦਾਬਾਦ ਰਹਿਣ ਉਮਰ ਲੰਮੀ ਹੋਵੇ ਇਹਦੀ ਅਸੀਂ ਕਾਮਨਾ ਕਰਦੇ ਆ ਅਧਿਆਪਕਾਂ ਤੋਂ ਬਿਨਾ ਕੋਈ ਕੁਝ ਵੀ ਨਹੀਂ ਸਿਆਣਾ ਅਧਿਆਪਕ ਸਿਆਣੇ ਜਿਹੜੇ ਵਿਦਿਆਰਥੀ ਉਹ ਅੱਗੇ ਤੋਂ ਅੱਗੇ ਲੈ ਜਾਂਦੇ ਸਮਾਂ ਖਿੱਚ ਕੇ ਲੈ ਜਾਂਦੇ ਆ ਕਮਾਲ ਕਰ ਦਿੰਦੇ ਆ ਸੋ ਸਭ ਨੂੰ ਇੱਕ ਵਾਰ ਫਿਰ ਬਹੁਤ ਬਹੁਤ ਮੁਬਾਰਕਾਂ ਖਬਰਾਂ ਦੋਸਤੋ ਕਈ ਹੋਰ ਵੀ ਸਨ ਪਰ ਜੋ ਵਕਤ ਦੀ ਘਾਟੇ ਰੁਕਣ ਦਾ ਇਸ਼ਾਰਾ ਕਰ ਰਹੀ ਹੈ ਕੱਲ ਨੂੰ ਇਸੇ ਵੇਲੇ ਖਬਰ ਦੀ ਖਬਰ ਪ੍ਰੋਗਰਾਮ ਲੈ ਕੇ ਫਿਰ ਹਾਜ਼ਰ ਹੋਵਾਂਗੇ ਉਦੋਂ ਤੱਕ ਲਈ ਸਾਨੂੰ ਆਗਿਆ ਦਿਓ ਬਹੁਤ ਬਹੁਤ ਧੰਨਵਾਦ